ਤੇ ਪਰ ਮੇਰੇ ਦਾਦਾ ਜੀ ਉੱਦਾਂ ਮਤਲਬ ਸ਼ੌਂਕ ਰੱਖਦੇ ਹੁੰਦੇ ਸੀ, ਮਤਲਬ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਬਜ਼ੁਰਗ ਜ਼ੋਰ ਕਰਦੇ ਆ ਉਸ ਚੀਜ਼ ਦਾ, ਤੇ ਉਹਨੇ ਮੈਨੂੰ ਵੀ ਨਾਲ ਲਾ ਲਿਆ, ਤਾਂ ਉਸ ਚੀਜ਼ ਤੋਂ ਮੈਂ ਕਰਦਾ ਗਿਆ ਕਰਦਾ ਗਿਆ, ਹੈ ਨਾ। ਉਸ ਤੋਂ ਬਾਅਦ ਮਤਲਬ ਪ੍ਰੈਕਟਿਸ ਕਰਦਿਆਂ ਕਰਦਿਆਂ ਜਿੱਦਾਂ ਡੰਡ ਬੈਠਕਾਂ ਮਾਰਦਿਆਂ ਮਾਰਦਿਆਂ ਚਲੋ ਸਰੀਰ ਦੇ ਵਿੱਚ ਤੁਹਾਡੇ ਜਿਹੜਾ ਜਾਨ ਆ ਉਹ ਖੂਬੀ ਆਉਂਦੀ ਰਹਿੰਦੀ ਹੈ। ਜੀ ਹਾਂਜੀ, ਉਹ ਆਪ ਤੇ ਮਤਲਬ ਪੜ੍ਹਦੇ ਹੁੰਦੇ ਸੀਗੇ ਪਟਿਆਲੇ, ਤੇ ਪਹਿਲਾਂ ਉਹ ਵੇਟ ਲਿਫਟਿੰਗ ਕਰਦੇ ਸੀ, ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਹੁੰਦਾ ਸੀਗਾ ਆਉਂਦੇ ਹੁੰਦੇ ਸੀ। ਤੇ ਉਸ ਤੋਂ ਬਾਅਦ ਨਾਲ ਹੁੰਦੇ ਸੀਗੇ ਆਪਣੇ ਸਨੀ ਭਾਜੀ ਜੋਲਾਂ ਤੋਂ, ਠੀਕ ਹੈ ਜੀ, ਤੇ ਆਪਣੇ ਖੁੱਡੇ ਤੋਂ ਹੁੰਦੇ ਸੀਗੇ ਭਾਜੀ ਆਪਣੇ ਗੱਭੋਵਾਲ ਪਿੰਡ ਤੋਂ ਜੱਗੂ ਭਾਜੀ, ਤੇ ਮੇਰੇ ਨਾਲ ਸਾਥੀ ਮੇਰਾ ਹਰ ਕੋਈ ਆਪਣੇ ਆਪ ਤੇ ਮਾਣ ਕਰਦਾ ਆਇਆ ਜੋ ਵੀ ਇਸ ਜਹਾਨ ਵਿੱਚ, ਹਿੱਕਾਂ ਚੌੜੀਆਂ ਕਰਕੇ ਤੁਰਨ ਵਾਲੇ ਪਰਖੇ ਜਾਂਦੇ ਨੇ ਖੇਡ ਮੈਦਾਨ ਵਿੱਚ, ਪਰਖੇ ਜਾਂਦੇ ਨੇ ਖੇਡ ਮੈਦਾਨ ਵਿੱਚ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ, ਮੈਂ ਹਰਪ੍ਰੀਤ ਸਿੰਘ ਮੁਣਕ ਤੁਹਾਡਾ ਸਵਾਗਤ ਕਰਦਾ। ਦੋਸਤੋ, ਆਪਾਂ ਹਰ ਵਾਰ ਦੀ ਤਰ੍ਹਾਂ ਕੋਈ ਨਾ ਕੋਈ ਨਵਾਂ ਵਿਸ਼ਾ ਲੈ ਕੇ ਆਉਂਦੇ ਹਾਂ ਆਪਣੇ ਇਸ ਚੈਨਲ ਦੇ ਉੱਤੇ, ਤੁਹਾਡੇ ਰੂ ਰੂ ਜ਼ਰੂਰ ਕਰਾਉਂਦੇ ਹੈਗੇ ਹਾਂ ਇਸੇ ਵਿਸ਼ਿਆਂ ਦੀ ਸੂਚੀ ਦੇ ਵਿੱਚੋਂ। ਅੱਜ ਆਪਾਂ ਤੁਹਾਨੂੰ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਸਾਡੇ ਨਾਲ ਮੌਜੂਦ ਆ ਸਰਦਾਰ ਸ਼ਰਨਜੀਤ ਸਿੰਘ ਜੀ, ਜਿਨ੍ਹਾਂ ਬਾਰੇ ਆਪਾਂ ਤੁਹਾਨੂੰ ਅੱਜ ਗੱਲਬਾਤ ਕਰਾਵਾਂਗੇ। ਜੇ ਉਹ ਉਹਨਾਂ ਨੇ ਪਿੱਛੇ ਜੇ ਹੋਈਆਂ ਆਸਟ੍ਰੇਲੀਆ ਦੇ ਵਿੱਚ ਮਾਸਟਰ ਗੇਮਾਂ ਦੇ ਵਿੱਚ ਵੇਟ ਲਿਫਟਿੰਗ ਖੇਤਰ ਦੇ ਵਿੱਚ ਗੋਲਡ ਮੈਡਲ ਲੈ ਕੇ ਆਏ ਆ। ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਾਡੇ ਨਾਲ ਮੌਜੂਦ ਆ ਸ਼ਰਨਜੀਤ ਸਿੰਘ ਜੀ। ਸ਼ਰਨਜੀਤ ਜੀ, ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ ਤੁਹਾਡਾ ਪੰਜਾਬੀ ਰੰਗ ਟੀਵੀ ਦਾ ਸਾਡੇ ਇੱਥੇ ਵਿਹੜੇ ਆਉਣ ਦੇ ਵਿੱਚ, ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ ਜੀ। ਸ਼ਰਨਜੀਤ ਜੀ, ਆਪਾਂ ਤੁਹਾਡੇ ਜੀਵਨ ਖੇਤਰ ਬਾਰੇ ਵੀ ਗੱਲਬਾਤ ਕਰਾਂਗੇ, ਤੁਹਾਡੇ ਪਿਛੋਕੜ ਬਾਰੇ ਗੱਲਬਾਤ ਕਰਾਂਗੇ, ਔਰ ਤੁਹਾਡੇ ਖੇਡ ਦੇ ਖੇਤਰ ਬਾਰੇ ਗੱਲਬਾਤ ਕਰਾਂਗੇ। ਜੀ ਜ਼ਰੂਰ ਜੀ। ਔਰ ਜੇ ਆਪਾਂ ਗੱਲ ਕਰੀਏ ਵੀ ਸ਼ਰਨਜੀਤ ਜੀ ਆਪਣੀ ਫੈਮਿਲੀ 'ਚ ਕੌਣ ਕੌਣ ਆ? ਸਾਡੇ ਫੈਮਿਲੀ ਦੇ ਵਿੱਚ ਮੇਰੇ ਬ੍ਰਦਰ ਆ ਜੀ, ਮੇਰੀ ਮਾਤਾ ਜੀ ਆ ਜੀ, ਤੇ ਮੇਰੀ ਵਾਈਫ ਆ, ਮੇਰੇ ਦੋ ਬੱਚੇ ਆ ਜੀ, ਤੇ ਜਿਹੜਾ ਮੇਰਾ ਬ੍ਰਦਰ ਆ ਉਹ ਬਾਹਰ ਆ ਜੀ, ਤੇ ਮੇਰੇ ਜਿਹੜੇ ਫਾਦਰ ਸਾਹਿਬ ਆ 2018 ਦੇ ਵਿੱਚ ਐਕਸਪਾਇਰ ਹੋ ਗਏ ਸੀ। ਓਕੇ ਜੀ। ਅੱਛਾ ਸ਼ਰਨ ਜੀ, ਜਿੱਦਾਂ ਤੁਸੀਂ ਹੁਣ ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਹੋਈਆਂ ਮਾਸਟਰ ਗੇਮਾਂ ਦੇ ਵਿੱਚ ਗੋਲਡ ਮੈਡਲ ਲੈ ਕੇ ਆਏ ਆ, ਆਪਾਂ ਤੁਹਾਡੇ ਨਾਲ ਉਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲੱਗ ਪੁੱਜੇ ਆ। ਬਿਲਕੁਲ ਜੀ, ਧੰਨਵਾਦ। ਤੇ ਆਪਾਂ ਵੀ ਤੁਹਾਡਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਮਾਸਟਰ ਗੇਮਾਂ ਹੋਈਆਂ ਹੈਗੀਆਂ ਉਹਦੇ ਬਾਰੇ ਕਿਵੇਂ ਸਬੱਬ ਬਣਿਆ, ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਵੀ ਜ਼ਰੂਰ ਗੱਲਬਾਤ ਜੀ। ਬਿਲਕੁਲ ਬਿਲਕੁਲ ਬਿਲਕੁਲ, ਸਬੱਬ ਇੱਦਾਂ ਬਣਿਆ ਜੀ, ਜਿੱਦਾਂ ਮਤਲਬ ਕਾਫੀ ਲੰਬੇ ਸਮੇਂ ਤੋਂ ਜਿਹੜਾ ਮੈਂ ਵੇਟ ਲਿਫਟਿੰਗ ਜਿਹੜਾ ਉਹ ਕਰਦਾ ਰਿਹਾ ਆ, ਤੇ ਨਾਲ ਹੁਣ ਜਿੱਦਾਂ 2018 ਤੋਂ ਬਾਅਦ ਜਿਹੜਾ ਮੇਰੀ ਮੈਰਿਜ ਹੋ ਗਈ ਸੀਗੀ, ਉਸ ਤੋਂ ਬਾਅਦ ਮੈਂ ਕੰਮ ਦੇ ਨਾਲ ਨਾਲ ਵੀ ਜਿਹੜਾ ਆਪਣੇ ਵੇਟ ਲਿਫਟਿੰਗ ਵੱਲ ਵੀ ਮੈਂ ਮਤਲਬ ਵੇਟ ਲਿਫਟਿੰਗ ਵੀ ਕਰਦਾ ਰਿਹਾ। ਆਪਾਂ ਵੇਟ ਲਿਫਟਿੰਗ ਦੇ ਖੇਤਰ ਦੇ ਵਿੱਚ ਜਦੋਂ ਆਏ ਆ ਕਿਹੜੇ ਸਾਲ ਦੇ ਵਿੱਚ ਆਏ ਆ ਔਰ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਵੇਟ ਲਿਫਟਿੰਗ ਕਰਦੇ? ਮੈਂ ਜਿੱਦਾਂ ਜਿਹੜੀ ਵੇਟ ਲਿਫਟਿੰਗ ਸਰ ਆਪਣੀ ਹੈਗੀ ਆ, ਮੈਂ ਸਕੂਲੀ ਟਾਈਮ ਤੋਂ ਸ਼ੁਰੂ ਕਰ ਦਿੱਤੀ ਸੀ ਜਦੋਂ ਮੈਂ 10ਵੀਂ 11ਵੀਂ ਦੇ ਵਿੱਚ ਪੜ੍ਹਦਾ ਹੁੰਦਾ ਸੀ। ਠੀਕ ਹੈ ਜੀ। ਪਰ ਉਹ ਤੋਂ ਪਿੱਛੇ ਆਪਾਂ ਜਾਈਏ ਤਾਂ ਪਹਿਲਾਂ ਹੀ ਜਿਹੜਾ ਮਤਲਬ ਜਿੱਦਾਂ ਆਪਣੇ ਬੱਚਿਆਂ ਦੇ ਵਿੱਚ ਹੁੰਦਾ ਕਸਰਤ ਕਰਨ ਦਾ ਸੁਭਾਅ ਹੁੰਦਾ ਆ, ਤੇ ਉਹ ਮੈਨੂੰ ਸ਼ੌਂਕ ਸੀਗਾ ਜੀ ਕਸਰਤ ਕਰਨ ਦਾ। ਉਹ ਮੈਂ ਮਤਲਬ ਆਪਣੀ 6ਵੀਂ ਕਲਾਸ ਦੇ ਵਿੱਚ ਪੜ੍ਹਦਾ ਹੁੰਦਾ ਸੀ ਤੇ ਜਦੋਂ ਦਾ ਮੈਂ ਜਿਹੜਾ ਕਸਰਤ ਕਰਦਾ ਆ, ਤੇ 2007-08 ਤੋਂ ਲੈ ਕੇ ਜਿਹੜਾ ਮੈਂ ਵੇਟ ਲਿਫਟਿੰਗ ਜਿਹੜੀ ਕਰਨੀ ਫਿਰ ਸ਼ੁਰੂ ਕਰ ਦਿੱਤੀ ਵਧੀਆ ਤਰੀਕੇ ਨਾਲ। ਅੱਛਾ ਸਰ, ਤੁਹਾਨੂੰ ਇੱਕ ਸਾਡਾ ਹੋਰ ਅਹਿਮ ਸਵਾਲ ਆ ਜੀ ਜੀ ਜੀ, ਕਿ ਜਦੋਂ ਤੁਸੀਂ ਵੇਟ ਲਿਫਟਿੰਗ ਦੀ ਸ਼ੁਰੂਆਤ ਕੀਤੀ ਜੀ, ਤੁਹਾਡੇ ਅੰਦਰ ਕਿਹਨਾਂ ਵੱਲ ਦੇਖ ਕੇ ਚੇਟਕ ਲੱਗੀ ਕਿ ਤੁਹਾਡੀ ਫੈਮਿਲੀ 'ਚ ਕੋਈ ਵੇਟ ਲਿਫਟਿੰਗ ਕਰਦਾ ਸੀ ਤੁਹਾਡੇ ਪਿੰਡ 'ਚ ਜਾਂ ਤੁਹਾਡੇ ਕੋਈ ਫਰੈਂਡ ਸਰਕਲ ਦੇ ਵਿੱਚ ਵੇਟ ਲਿਫਟਿੰਗ ਕਰਦਾ, ਜਿਹਨਾਂ ਵੱਲ ਦੇਖ ਕੇ ਤੁਹਾਨੂੰ ਚੇਟਕ ਲੱਗੀ
ਕਿ ਯਾਰ ਮੈਂ ਵੀ ਵੇਟ ਲਿਫਟਿੰਗ ਦੇ ਵਿੱਚ ਆਪਣਾ ਖੇਤਰ ਆਪਣਾ ਨਾਮ ਬਣਾਵਾਂ? ਜੀ, ਮੈਂ ਮੇਰੇ ਫੈਮਿਲੀ ਦੇ ਵਿੱਚ ਤਾਂ ਕੋਈ ਵੇਟ ਲਿਫਟਿੰਗ ਨਹੀਂ ਕਰਦਾ ਸੀਗਾ। ਅੱਛਾ ਜੀ। ਤੇ ਪਰ ਮੇਰੇ ਦਾਦਾ ਜੀ ਉਦਾਂ ਮਤਲਬ ਸ਼ੌਂਕ ਰੱਖਦੇ ਹੁੰਦੇ ਸੀ, ਮਤਲਬ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਬਜ਼ੁਰਗ ਜ਼ੋਰ ਕਰਦੇ ਆ ਨਾ ਉਸ ਚੀਜ਼ ਦਾ, ਤੇ ਉਹਨੇ ਮੈਨੂੰ ਵੀ ਨਾਲ ਲਾ ਲਿਆ, ਤੇ ਉਸ ਚੀਜ਼ ਤੋਂ ਮੈਂ ਕਰਦਾ ਗਿਆ ਕਰਦਾ ਗਿਆ, ਹਨਾ। ਉਸ ਤੋਂ ਬਾਅਦ ਮਤਲਬ ਪ੍ਰੈਕਟਿਸ ਕਰਦਿਆਂ ਕਰਦਿਆਂ ਜਿੱਦਾਂ ਡੰਡ ਬੈਠਕਾਂ ਮਾਰਦਿਆਂ ਮਾਰਦਿਆਂ ਚਲੋ ਸਰੀਰ ਦੇ ਵਿੱਚ ਤੁਹਾਡੇ ਜਿਹੜਾ ਜਾਨ ਆ ਉਹ ਬਖੂਬੀ ਆਉਂਦੀ ਰਹਿੰਦੀ ਆ। ਤੇ ਉਸ ਤੋਂ ਬਾਅਦ ਫਿਰ ਮਤਲਬ ਮੈਂ ਸਕੂਲ ਦੇ ਵਿੱਚ ਆ ਗਿਆ। ਸਕੂਲ ਦੇ ਵਿੱਚ ਪੜ੍ਹਦਿਆਂ ਪੜ੍ਹਦਿਆਂ ਉੱਥੇ ਆ ਕੇ ਮਤਲਬ ਜਿੱਥੇ ਸਕੂਲ ਦੇ ਵਿੱਚ ਕੋਈ ਵੀ ਈਵੈਂਟ ਹੋਣਾ ਆ ਜਾਂ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ, ਭਾਵੇਂ ਉਹ ਸੱਭਿਅਕ ਨਾਲ ਤੁਹਾਡਾ ਰੱਖਦਾ ਹੋਵੇ ਜਾਂ ਖੇਡਾਂ ਦੇ ਨਾਲ ਰੱਖਦਾ ਹੋਵੇ ਜਾਂ NCC ਵਗੈਰਾ ਹੋਵੇ। ਤੇ ਉਸ ਤੋਂ ਬਾਅਦ ਇੱਦਾਂ ਹੀ ਖੇਡਾਂ ਦੇ ਵਿੱਚ ਕਰਦੇ ਕਰਦੇ ਫਿਰ ਮੈਂ ਉੱਥੇ ਜੈਵਲਨ ਥਰੋ ਕਰਨ ਲੱਗ ਪਿਆ। ਜੈਵਲਨ ਥਰੋ ਕਰ ਲਾ ਪਿਆ, ਉਹਦੇ ਵਿੱਚ ਮੇਰਾ ਸਟੇਟ ਦੇ ਵਿੱਚ ਜਿਹੜਾ ਮੈਡਲ ਸੀਗਾ, ਜ਼ਿਲ੍ਹੇ ਦੇ ਵਿੱਚ ਮੈਂ ਗੋਲਡ ਮੈਡਲ ਸੀਗਾ ਮੇਰਾ। ਤੇ ਉਸ ਤੋਂ ਬਾਅਦ ਏਦਾਂ ਕਰਦਿਆਂ ਕਰਦਿਆਂ ਮੈਂ ਜਿਹੜੀ +1 +2 ਜਿਹੜੀ ਆ ਮੈਂ ਟਾਂਡੇ ਸਕੂਲ ਦੇ ਵਿੱਚ ਆ ਗਿਆ। ਉੱਥੇ ਆ ਕੇ ਇੱਕ ਮੁੰਡਾ ਸੀਗਾ ਮੇਰਾ ਮਿੱਤਰ, ਮੇਰੇ ਨਾਲ ਪੜ੍ਹਦਾ ਹੁੰਦਾ ਸੀਗਾ, ਉਹਦਾ ਨਾਂ ਸੀਗਾ ਵਰੁਣ ਸੈਣੀ। ਠੀਕ ਹੈ ਜੀ। ਉਹਨੇ ਫਿਰ ਮੈਨੂੰ ਦੱਸਿਆ ਵੀ ਇੱਦਾਂ ਕਰਕੇ ਵੇਟ ਲਿਫਟਿੰਗ ਜਿਹੜੀ ਗੇਮ ਦਾ ਮੈਨੂੰ ਪਹਿਲੀ ਵਾਰੀ ਉਦੋਂ ਪਤਾ ਲੱਗਾ। ਤੇ ਮੈਂ ਹਾਂਜੀ ਬਿਲਕੁਲ ਬਿਲਕੁਲ। ਤੇ ਪਰ ਉਦਾਂ ਆਪਾਂ TV ਦੇ ਉੱਤੇ ਜਿੱਦਾਂ ਦੇਖਦੇ ਰਹਿੰਦੇ ਹੁੰਦੇ ਸੀਗੇ ਹਨਾ, ਅਖਬਾਰਾਂ ਦੇ ਵਿੱਚ ਪੜ੍ਹਨਾ ਜਾਂ ਦੇਖਣੀਆਂ ਤਸਵੀਰਾਂ, ਤੇ ਉਹਦੇ ਬਾਰੇ ਪੂਰਾ ਪਤਾ ਨਹੀਂ ਸੀਗਾ ਵੀ ਹਨਾ। ਉਸ ਤੋਂ ਬਾਅਦ ਜਿਹੜੀ ਅਸਲ ਜਿਹੜੀ ਵੇਟ ਲਿਫਟਿੰਗ ਦੀ ਮੇਰੀ ਸ਼ੁਰੂਆਤ ਆ ਉਸ ਟਾਈਮ। ਅੱਛਾ, ਸ਼ਰਨ ਜੀ, ਵੇਟ ਲਿਫਟਿੰਗ ਦੀਆਂ ਬਰੀਕੀਆਂ ਜਾਣੀ ਕਿ ਤੁਹਾਡੇ ਗੁਰੂ ਕੌਣ ਸੀਗੇ ਜਿਹਨਾਂ ਦੇ ਕੋਲੋਂ ਤੁਸੀਂ ਵੇਟ ਲਿਫਟਿੰਗ ਦੀਆਂ ਬਰੀਕੀਆਂ ਸਿੱਖ ਕੇ ਅੱਜ ਇਸ ਮੁਕਾਮ ਤੇ ਪੁੱਜੇ? ਜੀ, ਸਾਡੇ ਮਤਲਬ ਗੁਰੂ ਦਾ ਤੁਹਾਨੂੰ ਦੱਸੀਏ ਤੇ ਆਪਣੇ ਨਾ ਸਾਡੇ ਟਾਂਡੇ ਕਾਲਜ ਦੇ ਵਿੱਚ ਇੱਕ ਵੇਟ ਲਿਫਟਿੰਗ ਸੈਂਟਰ ਹੁੰਦਾ ਸੀਗਾ। ਜੀ ਜੀ ਜੀ, ਠੀਕ ਆ। ਵੇਟ ਲਿਫਟਿੰਗ ਸੈਂਟਰ ਦੇ ਵਿੱਚ ਜਿੱਦਾਂ ਕਾਫੀ ਜਿਹੜੇ ਉਹ ਸੀਨੀਅਰ ਜਿਹੜੇ ਉਹ ਪ੍ਰੈਕਟਿਸ ਕਰਦੇ ਸੀ ਸਾਡੇ, ਜਿੱਦਾਂ ਸਰਕਾਰੀ ਤੌਰ ਤੇ ਤਾਂ ਕੋਈ ਜਿਹੜਾ ਕੋਈ ਕੋਚ ਜਿਹੜੇ ਨਹੀਂ ਸੀਗੇ ਉਪਲਬਧ। ਹਾਂਜੀ ਹਾਂਜੀ। ਤੇ ਪਰ ਜਿਹੜੇ ਆਪਸੀ ਜਿਹੜੇ ਸਾਡੇ ਸੀਨੀਅਰ ਵੇਟ ਲਿਫਟਰ ਹੁੰਦੇ ਸੀਗੇ ਉਹ ਸਾਨੂੰ ਜਿਹੜੇ ਆ ਵੇਟ ਲਿਫਟਿੰਗ ਦੇ ਜਿਹੜੇ ਗੁਣਿਆ ਜਾਂ ਵੇਟ ਲਿਫਟਿੰਗ ਦੀਆਂ ਜਿਹੜੀਆਂ ਤਕਨੀਕ ਆ ਉਹ ਸਿਖਾਉਂਦੇ ਹੁੰਦੇ ਸੀਗੇ। ਜਿੱਦਾਂ ਆਪਣੇ ਟਾਂਡੇ ਤੋਂ ਭਾਜੀ ਸੀਗੇ ਬਲਜਿੰਦਰ ਸਿੰਘ ਭਿੰਡਰ ਗੋਰਾ ਭਾਜੀ, ਜੀ ਹਾਂਜੀ, ਉਹ ਆਪ ਤੇ ਮਤਲਬ ਪੜ੍ਹਦੇ ਹੁੰਦੇ ਸੀਗੇ ਪਟਿਆਲੇ, ਤੇ ਪਹਿਲਾਂ ਉਹ ਵੇਟ ਲਿਫਟਿੰਗ ਕਰਦੇ ਸੀ ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਹੁੰਦਾ ਸੀਗਾ ਆਉਂਦੇ ਹੁੰਦੇ ਸੀਗੇ। ਤੇ ਉਸ ਤੋਂ ਬਾਅਦ ਨਾਲ ਹੁੰਦੇ ਸੀਗੇ ਆਪਣੇ ਸਨੀ ਭਾਜੀ ਜੋਲਾਂ ਤੋਂ, ਠੀਕ ਹੈ ਜੀ। ਤੇ ਆਪਣੇ ਖੁੱਡੇ ਤੋਂ ਹੁੰਦੇ ਸੀਗੇ ਭਾਜੀ ਆਪਣੇ ਗੱਭੋਵਾਲ ਪਿੰਡ ਤੋਂ ਜੱਗੂ ਭਾਜੀ, ਤੇ ਮੇਰੇ ਨਾਲ ਸਾਥੀ ਮੇਰਾ ਜਿਹੜਾ ਹੁੰਦਾ ਸੀਗਾ ਉਹ ਵਰੁਣ ਸੈਣੀ, ਠੀਕ ਹੈ ਜੀ। ਫਿਰ ਆਪਣੇ ਝੱਜੀ ਪਿੰਡ ਤੋਂ ਭਾਜੀ ਹੁੰਦੇ ਸੀਗੇ ਆਪਣੇ ਸੰਦੀਪ ਸਿੰਘ ਭਾਜੀ ਜਿਹੜੇ ਇਸ ਟਾਈਮ DP, ਜੀ 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 ਜੀ। ਤੇ ਉਸ ਤੋਂ ਬਾਅਦ ਆਪਣੇ ਹਰਸੀ ਪਿੰਡ ਤੋਂ ਹੁੰਦੇ ਸੀ ਲਾਲੀ ਭਾਜੀ ਹੁੰਦੇ ਸੀਗੇ, ਤੇ ਇਹ ਜਿਹੜੇ ਸਾਰੇ ਜਿਹੜੇ ਬੰਦੇ ਉੱਥੇ ਆਉਂਦੇ ਹੁੰਦੇ ਸੀਗੇ ਜਿਹੜੇ ਗੇਮ ਛੱਡ ਵੀ ਗਏ ਸੀਗੇ ਉਹ ਵੀ ਗਰਾਊਂਡ ਦੇ ਵਿੱਚ ਆਉਂਦੇ ਸੀਗੇ ਤੇ ਕੋਈ ਨਾ ਕੋਈ ਜਿਹੜਾ ਗੋਰਾ ਉਹ ਗੇਮ ਦਾ ਦੱਸਦੇ ਹੁੰਦੇ। ਅੱਛਾ ਸ਼ਰਨ ਜੀ, ਜਦੋਂ ਆਪਾਂ ਪਹਿਲੀ ਵਾਰੀ ਵੇਟ ਲਿਫਟਿੰਗ ਦਾ ਕੰਪੀਟੀਸ਼ਨ ਲੜਿਆ, ਜੀ ਜੀ, ਉਹ ਕਿੱਥੇ ਲੜਿਆ ਸੀ ਔਰ ਕੀ ਪੋਜੀਸ਼ਨ ਬਣੀ ਸੀ ਔਰ ਕਿੱਦਾਂ ਦਾ ਮਾਹੌਲ ਸੀਗਾ ਉਸ ਟਾਈਮ ਤੇ? ਜਿਹੜਾ ਮੇਰਾ ਪਹਿਲਾ ਕੰਪੀਟੀਸ਼ਨ ਸੀਗਾ ਜੀ ਉਹ ਆਪਣੇ ਸਟੇਟ ਲੈਵਲ ਦਾ ਸੀਗਾ ਜੋ ਕਿ ਫਗਵਾੜੇ ਦੇ ਵਿੱਚ ਹੋਇਆ, ਤੇ ਉਹਦੇ ਵਿੱਚ ਮਤਲਬ ਜਿੰਨੀ ਵੀ ਮੈਂ ਐਕਸਰਸਾਈਜ਼ ਜਿੰਨੀ ਪ੍ਰੈਕਟਿਸ ਜੋ ਮੈਂ ਆਪਣਾ ਟੋਟਲ ਵਧੀਆ ਕਰਕੇ ਗਿਆ ਸੀ ਗਰਾਊਂਡ ਦੇ ਵਿੱਚ ਉਹ ਉਹਨਾਂ ਟੋਟਲ ਤੋਂ ਮੈਂ 5-5 ਕਿਲੋ ਵੱਧ ਕੀਤਾ ਉੱਥੇ ਕੰਪੀਟੀਸ਼ਨ ਦੇ ਉੱਤੇ ਜਾ ਕੇ। ਪਰ ਉਸ ਸਾਲ ਮੇਰਾ ਕੋਈ ਪੋਜੀਸ਼ਨ ਨਹੀਂ ਆਈ ਕਿਉਂਕਿ ਮੇਰਾ ਪਹਿਲਾ ਸਾਲ ਸੀਗਾ ਉਹ, ਤੇ ਉਸ ਸਾਲ ਮੇਰੀ ਕੋਈ ਪੋਜੀਸ਼ਨ ਨਹੀਂ ਆਈ। ਕਿੰਨੇ ਕਿਲੋ ਭਾਰ ਵਿੱਚ ਖੇਲੇ? ਉਸ ਤੋਂ ਬਾਅਦ ਉਦੋਂ ਮੈਂ ਆਪਣੇ ਖੇਲਦਾ ਸੀ 85 ਕਿਲੋ ਭਾਰ ਦੇ ਵਿੱਚ। ਜੀ 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 ਬਿਲਕੁਲ ਬਿਲਕੁਲ, ਹਾਂਜੀ। ਅੱਛਾ, ਤੁਹਾਡੇ ਨਾਲ ਦੇ ਜਿਹੜੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਵੇਟ ਲਿਫਟਿੰਗ ਦੀ, ਜੀ, ਆਪਣੇ ਜਾਂ ਤੁਹਾਡੇ ਪਿੰਡ ਤੋਂ ਤੁਹਾਡੇ ਨਾਲ ਕਿਹੜੇ ਕਿਹੜੇ ਵੀਰ ਭੈਣ ਸੀਗੇ ਜਿਨ੍ਹਾਂ ਨੇ ਤੁਹਾਡੀ ਸਪੋਰਟ ਕੀਤੀ ਸੀਗੀ ਕਿ ਵੀ ਤੁਸੀਂ ਸ਼ਰਨਜੀਤ ਵਧੀਆ ਕਰ ਸਕਦੇ ਆ, ਹੋਰ ਵਧੀਆ ਕਰੋ ਆਪਾਂ ਤੁਹਾਡੇ ਨਾਲ? ਜੀ ਜੀ, ਸਾਡੇ ਪਿੰਡੋਂ ਭਾਜੀ ਸੀਗੇ ਇੱਕ ਸਤਵੰਤ ਸੰਧੂ ਕਰਕੇ ਹੈਗੇ ਆ ਭਾਜੀ, ਕੈਨੇਡਾ ਦੇ ਵਿੱਚ ਆ ਸੱਤ ਭਾਜੀ,
ਤੇ ਉਹਨਾਂ ਨੇ ਕਾਫੀ ਮੇਰੀ ਜਿਹੜੀ ਉਦੋਂ ਮਤਲਬ ਜਦੋਂ ਮੈਂ ਗੇਮ ਕਰਦਾ ਸੀ ਮੇਰੀ ਮਾਲੀ ਸਹਾਇਤਾ ਕੀਤੀ। ਉਸ ਤੋਂ ਬਾਅਦ ਸਾਡੇ ਪਿੰਡ ਦੇ ਅਮੈਰੀਕਾ ਦੇ ਵਿੱਚ ਆ ਭਾਜੀ ਰਾਜੂ ਭਾਜੀ, ਉਹਨਾਂ ਨੇ ਜਿਹੜੀ ਉਹ ਹੈਲਪ ਮੇਰੀ ਕਰਦੇ ਹੁੰਦੇ ਸੀ। ਹਾਂਜੀ ਹਾਂਜੀ ਮਾਲੀ ਸਰ। ਆਪਾਂ ਆਫ ਕੈਮਰਾ ਗੱਲਬਾਤ ਹੋਈ ਸੀਗੀ ਕਿ ਤੁਸੀਂ ਰੋਜੀ ਰੋਟੀ ਲਈ ਕਿਸੇ ਟਾਈਮ, ਆਪਣਾ ਪਰਿਵਾਰ ਇੱਦਾਂ ਦਾ ਸੀਗਾ ਕਿ ਰੋਜੀ ਰੋਟੀ ਲਈ ਤੁਸੀਂ ਵਿਦੇਸ਼ ਵਿੱਚ ਕੰਮ ਕਰਨ ਵੀ ਗਏ, ਉਹਦੇ ਬਾਰੇ ਵੀ ਵਾਰਤਾਲਾਪ, ਉੱਥੇ ਦਾ ਕੀ ਮਾਹੌਲ ਸੀ ਜਾਂ ਕਿਵੇਂ ਗਏ ਸੀਗੇ, ਉਹਦੇ ਬਾਰੇ ਵੀ ਸਾਡੇ ਦਰਸ਼ਕ ਵੀਰਾਂ ਨੂੰ ਜ਼ਰੂਰ ਜਾਣਕਾਰੀ ਦਿਓ। ਜੀ ਜੀ ਜਿੱਦਾਂ ਮੈਂ ਆਪਣੀ ਜਿੱਦਾਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਜੀ, ਤੇ ਗ੍ਰੈਜੂਏਸ਼ਨ ਕੰਪਲੀਟ ਕਰਕੇ ਉਦੋਂ ਮੈਂ ਨੈਸ਼ਨ ਦੇ ਵਿੱਚ ਮੇਰਾ ਮੈਡਲ ਸੀਗਾ, ਇੰਟਰ ਕਾਲਜ ਇੰਟਰਵਰਸਿਟੀ ਦੇ ਵਿੱਚ ਮੇਰਾ ਗੋਲਡ ਮੈਡਲ ਸੀਗਾ, ਤੇ ਨੌਕਰੀ ਦਾ ਜੋਬ ਦਾ ਕੋਈ ਇੱਥੇ ਸਬੱਬ ਮੇਰਾ ਬਣਿਆ ਨਹੀਂ। ਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਸੰਘਰਸ਼ ਮਤਲਬ ਹੋਰ ਚੱਲਣਾ ਸੀਗਾ, ਪਰ ਥੋੜ੍ਹਾ ਜਿਹਾ ਪਰਿਵਾਰ ਦੇ ਵਿੱਚ ਜਿਹੜਾ ਆ ਫਾਈਨੈਂਸ਼ੀਅਲੀ ਜਿਹੜੀ ਪ੍ਰੋਬਲਮ ਆ ਗਈ ਮਾੜੇ ਸੀ। ਜੀ ਜੀ ਬਿਲਕੁਲ, ਉਹ ਤਾਂ ਕਿਉਂਕਿ ਡੈਡੀ ਵੀ ਮੇਰੇ ਜਿਹੜੇ ਫਾਦਰ ਸਾਹਿਬ ਮੇਰੇ ਉਸ ਟਾਈਮ ਬਿਮਾਰ ਹੋ ਗਏ ਸੀਗੇ, ਤੇ ਉਹਨਾਂ ਦੇ ਬਿਮਾਰੀ ਦੇ ਉੱਤੇ ਕਾਫੀ ਖਰਚਾ ਜਿਹੜਾ ਹੋ ਜਾਂਦਾ ਸੀਗਾ, ਤੇ ਫਿਰ ਮੈਂ ਉਸ ਤੋਂ ਬਾਅਦ ਜਿਹੜਾ ਉਹ ਗੇਮ ਛੱਡ ਕੇ ਜਿਹੜਾ ਮੈਂ ਵਿਦੇਸ਼ ਚਲ ਗਿਆ ਜੀ। ਪਰ ਕੁਦਰਤ ਨੇ ਮਤਲਬ ਬੜਾ ਵਧੀਆ ਸਾਥ ਦਿੱਤਾ ਮੇਰਾ, ਉੱਥੇ ਵੀ ਜਾ ਕੇ ਜਿਹੜਾ ਉੱਥੇ ਮੈਨੂੰ ਜਿਹੜੇ ਵੇਟ ਲਿਫਟਿੰਗ ਕਰਨ ਦਾ ਜਿਹੜਾ ਸੁਭਾਗ ਮਿਲਿਆ, ਉੱਥੇ ਵੀ ਉੱਥੇ ਵੇਟ ਲਿਫਟਿੰਗ ਸੈਂਟਰ ਦੇ ਵੀ ਉੱਥੇ ਤੁਸੀਂ ਜਿਹੜੇ ਕੰਮ ਦੇ ਵਿੱਚ ਗਏ ਸੀਗੇ ਵਿਦੇਸ਼, ਉੱਥੇ ਮੈਂ ਡਰਾਈਵਿੰਗ ਦੇ ਵਿੱਚ ਗਿਆ ਸੀਗਾ ਜੀ। ਓਕੇ ਹਾਂਜੀ ਹਾਂਜੀ ਹਾਂਜੀ। ਤੇ ਉੱਥੇ ਆਪਾਂ ਕਿਵੇਂ ਟਾਈਮ ਐਡਜਸਟਮੈਂਟ ਕਰਦੇ ਸੀ ਵੇਟ ਲਿਫਟਿੰਗ ਲਈ, ਉੱਥੇ ਦਾ ਕੰਮ ਜੀ ਕਿਉਂਕਿ ਬਾਹਰ ਕੰਮ ਦਾ ਹੀ ਮੁੱਲ ਆ। ਬਿਲਕੁਲ ਬਿਲਕੁਲ ਬਿਲਕੁਲ, ਤੇ ਫੇਰ ਵੀ ਟਾਈਮ ਕੱਢਣਾ ਬਹੁਤ ਵੱਡੀ ਗੱਲ। ਜੀ ਜੀ ਬਿਲਕੁਲ, ਉੱਥੇ ਇਦਾਂ ਐਡਜਸਟਮੈਂਟ ਹੋਏ ਜੀ, ਜਿੱਦਾਂ ਸਵੇਰੇ ਮੈਂ ਥੋੜਾ ਜਿਹਾ ਜਲਦੀ ਚੱਲ ਜਾਂਦਾ ਹੁੰਦਾ ਸੀਗਾ ਕੰਮ ਤੇ ਆਪਣੇ, ਤੇ ਉਹ ਤੋਂ ਬਾਅਦ ਸ਼ਾਮ ਨੂੰ ਮੈਂ ਜਿੰਨੇ ਵਜੇ ਵੀ ਆਉਂਦਾ ਹੁੰਦਾ ਸੀਗਾ ਉੱਥੇ ਗਰਾਊਂਡ ਦੇ ਵਿੱਚ ਜਾ ਕੇ ਮਤਲਬ ਪ੍ਰੈਕਟਿਸ ਮੈਂ ਜ਼ਰੂਰ ਕਰਦਾ ਹੁੰਦਾ ਸੀ। ਇਦਾਂ ਸਮਾਂ ਮਤਲਬ ਨਿਕਲਦਾ ਤਾਂ ਨਹੀਂ ਆ, ਕੱਢਣਾ ਪੈਂਦਾ ਸੀਗਾ। ਤੇ ਕਿੰਨੇ ਸਾਲਾਂ ਦੀ ਮਿਹਨਤ ਦੇ ਬਾਅਦ ਅੱਜ ਜਿਹੜਾ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਸਟ੍ਰੇਲੀਆ ਵਿੱਚ ਮਾਸਟਰ ਗੇਮਾਂ ਦੇ ਵਿੱਚ ਗੋਲਡ ਮੈਡਲ ਲੈ ਕੇ ਆਏ? ਜੀ ਦੇਖੋ, 2007 ਤੋਂ ਤੁਸੀਂ ਲਾ ਲਓ ਸਾਲ, 2000 ਹਾਂਜੀ ਮਤਲਬ ਉਸ ਤੋਂ ਲੈ ਕੇ ਅੱਜ ਤੱਕ ਜਿਹੜਾ ਹੁਣ 2024 ਆ, 2024 ਦੇ ਵਿੱਚ ਜਿਹੜਾ ਮੇਰਾ ਇੰਟਰਨੈਸ਼ਨਲ ਮੈਡਲ ਜਿਹੜਾ ਉਹ ਆਇਆ। ਅੱਛਾ ਹਾਂਜੀ ਜੀ, ਆਪਣੇ ਆਸਟ੍ਰੇਲੀਆ ਦੀ ਜਿਹੜੀ ਮਾਸਟਰ ਗੇਮ ਆ ਉਹਦੇ ਬਾਰੇ ਕਿਵੇਂ ਸਬੱਬ ਬਣਿਆ, ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਜ਼ਰੂਰ ਜਾਣਕਾਰੀ ਦੇਣੀ ਹੈ ਵੀ ਕਿੱਥੋਂ ਲੈ ਕੇ ਮੈਂ ਕਿਵੇਂ ਕਿਵੇਂ ਇਸ ਪ੍ਰੋਸੈਸ ਨੂੰ ਪਾਸ ਕਰਕੇ ਅੱਜ ਆਸਟ੍ਰੇਲੀਆ ਦੇ ਵਿੱਚ ਗੋਲਡ ਮੈਡਲ ਲਿਆ। ਬਿਲਕੁਲ ਬਿਲਕੁਲ, ਤੇ ਉਹਦਾ ਸਬੱਬ ਇਦਾਂ ਬਣਿਆ ਭਾਜੀ ਵੀ ਜਿੱਦਾਂ ਮੈਂ ਵੇਟ ਲਿਫਟਿੰਗ, ਤੁਹਾਨੂੰ ਦੱਸਿਆ ਵੀ ਮੈਂ ਵੇਟ ਲਿਫਟਿੰਗ ਮਤਲਬ ਕਰਦਾ ਰਹਿੰਦਾ ਹੁੰਦਾ ਸੀ, ਮੈਨੂੰ ਮਤਲਬ ਕੋਈ ਸੀਗਾ ਨਹੀਂ ਵੀ ਮੈਂ ਹੁਣ ਨੌਕਰੀ ਲੈਣੀ ਆ ਜਾਂ ਕਿਸੇ ਮਤਲਬ ਕੋਈ ਪੋਜੀਸ਼ਨ ਕਿਤੇ ਕਿਸੇ ਮਹਿਕਮੇ ਦੇ ਵਿੱਚ ਹੋਣਾ ਆ ਹਨਾ, ਪਰ ਮੈਂ ਵੇਟ ਲਿਫਟਿੰਗ ਕਰਦਾ ਆਪਣੇ ਸ਼ੌਂਕ ਨੂੰ ਵਾਸਤੇ ਕਰਦਾ ਰਹਿੰਦਾ ਸੀ, ਜਿੰਨਾ ਸਹੀ ਫਿਟ ਰਹਿੰਦਾ। ਜੀ ਬਿਲਕੁਲ, ਮੈਂ ਕਰਦਾ ਰਹਿੰਦਾ ਸੀ ਤੇ ਨਾਲੇ ਜਿਹੜੇ ਛੋਟੇ ਆਪਣੇ ਕੋਈ ਲੋਕਲ ਇੱਥੇ ਕੰਪੀਟੀਸ਼ਨ ਹੁੰਦੇ ਆ ਉਹ ਮੈਂ ਕਰਦਾ ਹੁੰਦਾ ਸੀਗਾ, ਤੇ ਉਹ ਕੰਪਨੀ ਜਿਹੜੀਆਂ ਸਾਡੀਆਂ ਮਾਸਟਰ ਗੇਮਾਂ ਹੁੰਦੀਆਂ ਆ ਇਹ ਇੱਕ ਏਜ ਗਰੁੱਪ ਹੁੰਦਾ ਜੀ, ਇਹ ਮਤਲਬ ਇਦਾਂ ਏਜ ਗਰੁੱਪ ਹੁੰਦਾ 31 ਤੋਂ ਲੈ ਕੇ 35 ਦਾ ਗਰੁੱਪ, 35 ਤੋਂ 40 ਦਾ ਗਰੁੱਪ। ਤੇ ਸਾਡੇ ਨਾ ਆਪਣੇ ਭਾਜੀ ਹੈਗੇ ਆ ਗੁਣਾ ਚੌਰ ਤੋਂ ਸੰਤੋਖ ਸਿੰਘ ਚੌਹਾਨ, ਓਕੇ, ਜੋ ਕਿ ਆਪ ਜਿਹੜੇ ਉਹ ਵੇਟ ਲਿਫਟਿੰਗ ਮਾਸਟਰ ਗੇਮਾਂ ਦੇ ਵਿੱਚ ਵਰਲਡ ਚੈਂਪੀਅਨ ਆ। ਤੇ ਉਹਨੇ ਮਤਲਬ ਜਾਣੀ ਮੈਨੂੰ ਕਿਹਾ ਵੀ ਆਪਣੇ ਵੇਟ ਲਿਫਟਿੰਗ ਜਿਹੜੀਆਂ ਮਾਸਟਰ ਗੇਮਾਂ ਹੋ ਰਹੀਆਂ ਆਸਟ੍ਰੇਲੀਆ ਦੇ ਵਿੱਚ, ਤੇ ਕੀ ਤੂੰ ਉੱਥੇ ਭਾਗ ਲੈਣਾ ਚਾਹੁੰਦਾ? ਵੀ ਮੈਂ ਕਿਹਾ ਵੀ ਠੀਕ ਆ ਭਾਜੀ, ਵੀ ਮੇਰੀ ਪ੍ਰੈਕਟਿਸ ਵੀ ਹੈਗੀ ਆ, ਵੀ ਮੈਂ ਪ੍ਰੈਕਟਿਸ ਵੀ ਕੰਟੀਨਿਊ ਕਰਦਾ ਆ ਤੇ ਮੇਰੀ ਪਰਫਾਰਮੈਂਸ ਵੀ ਵਧੀਆ ਆ, ਤੇ ਮੈਂ ਜਿਹੜੀ ਉਹ ਠੀਕ ਆ ਉਹਨੂੰ ਜਿਹੜਾ ਵਿੱਚ ਮੈਂ ਭਾਗ ਲੈ ਸਕਦਾ, ਤੁਸੀਂ ਮੇਰੀ ਐਂਟਰੀ ਵਗੈਰਾ ਭਰ ਦਿਓ। ਉਹਨੇ ਮੇਰੀ ਐਂਟਰੀ ਵਗੈਰਾ ਭਰ ਦਿੱਤੀ, ਤੇ ਦੈਨ ਐਂਟਰੀ ਭਰ ਕੇ ਉਧਰੋਂ ਮਤਲਬ ਉਹਨਾਂ ਨੇ ਸਾਨੂੰ ਰਾਹਦਾਰੀ ਭੇਜ ਦਿੱਤੀ ਉਹਨਾਂ ਦੇ ਜਿਹੜੇ ਫੈਡਰੇਸ਼ਨ ਨੇ ਸੀਗੀ, ਤੇ ਆਪਾਂ ਇੱਥੇ ਆ ਕੇ ਵੀਜ਼ਾ ਅਪਲਾਈ ਕੀਤਾ ਤੇ ਸਾਡਾ ਜਿਹੜਾ ਵੀਜ਼ਾ ਅਪਰੂਵ ਹੋ ਗਿਆ, ਤੇ ਉਹ ਇਹ ਸਬੱਬ ਬਣਿਆ। ਤੇ ਇਹ ਸਾਰਾ ਕੁਛ ਸੰਤੋਖ ਸਿੰਘ ਚੌਹਾਨ ਤੇ ਮੁੰਡਾ ਗੁਣਾ ਚੌਰ ਤੋਂ ਹੈਗਾ ਸਾਬੀ, ਇਹਨਾਂ ਦੀ ਬਦੌਲਤ ਹੋਇਆ ਜੀ। ਫਿਰ ਜਦੋਂ ਉੱਥੋਂ ਤੁਹਾਡੀ ਸਪੋਂਸਰਸ਼ਿਪ ਆ ਗਈ ਤੁਸੀਂ ਹੁਣ ਆ ਜਾਓ ਜੀ, ਤੇ ਫਿਰ ਜਿਹੜਾ ਜਾਣ ਦਾ ਆਉਣ ਦਾ ਖਰਚਾ ਜਾਂ ਉੱਥੇ ਰਹਿਣ ਸਹਿਣ ਦਾ ਖਰਚਾ
ਜੀ ਉਹ ਕਿਹੜੇ ਕਿਹੜੇ ਵੀਰਾਂ ਭੈਣਾਂ ਨੇ ਸਪੋਰਟ ਕੀਤੀ ਜਾਂ ਆਪਣੇ ਪੱਲਿਓ ਲਾ ਕੇ ਗਏ? ਉਹ ਦੇਖੋ ਜੀ, ਮਤਲਬ ਇੱਥੇ ਹੁਣ ਅਸੀਂ ਕੰਮ ਕਰਦੇ ਹਾਂ ਅਤੇ ਵਰਲਡ ਮਾਸਟਰ ਗੇਮਾਂ ਦੇ ਵਿੱਚ ਜਿੱਦਾਂ ਹੁਣ ਕੋਈ ਸਰਕਾਰ ਵੱਲੋਂ ਤਾਂ ਕੋਈ ਸਹਾਇਤਾ ਨਹੀਂ ਹੁੰਦੀ ਜਿੱਦਾਂ ਮਾਸਟਰ ਗੇਮਾਂ ਦੇ ਵਿੱਚ, ਹੈ ਨਾ, ਅਤੇ ਇਹ ਸਾਰਾ ਕੁਛ ਤੁਹਾਨੂੰ ਆਪ ਹੀ ਕਰਨਾ ਪੈਂਦਾ, ਅਤੇ ਪਰ ਮੇਰੀ ਚੰਗੀ ਕਿਸਮਤ ਕਹਿ ਲਓ, ਅਤੇ ਉਹਦੇ ਵਿੱਚ ਮੇਰੇ ਨਾਲ ਜਿਹੜੇ ਆ ਉਹ ਕਈ ਮੇਰੇ ਦੋਸਤ ਮਿੱਤਰ, ਕਈ ਮੇਰੇ ਸੀਨੀਅਰ ਜਿਹੜੇ ਆ ਉਹ ਖੜ੍ਹੇ ਹੋਏ ਮੇਰੇ ਨਾਲ, ਜਿਨ੍ਹਾਂ ਨੇ ਮੇਰੇ ਮਤਲਬ ਨਾਲ ਜਿਹੜਾ ਮੇਰਾ ਸਾਥ ਦਿੱਤਾ, ਅਤੇ ਜਿੱਦਾਂ ਪਿੰਡ ਭੂਲਪੁਰ ਤੋਂ ਹੈਗੇ ਆ ਭਾਜੀ ਟੀਟਾ ਭਾਜੀ, ਉਹਨੇ ਮੇਰਾ ਸਾਥ ਦਿੱਤਾ, ਅਤੇ ਉਹਨਾਂ ਨੇ ਮੋਹਾਲੀ ਸਹਾਇਤਾ ਕੀਤੀ ਮੇਰੀ। ਫਿਰ ਇੱਕ ਮੇਰਾ ਦੋਸਤ ਆ ਮੇਰੇ ਨਾਲ ਇੱਥੇ ਗੌਰਮੈਂਟ ਕਾਲਜ ਟਾਂਡੇ ਪੜ੍ਹਦਾ ਹੁੰਦਾ ਸੀਗਾ, ਉਹ ਮੁੰਡਾ ਅਮੈਰੀਕਾ ਦੇ ਵਿੱਚ ਆ, ਮਨਦੀਪ ਸਿੰਘ ਉਹਦਾ ਨਾਂ ਆ, ਨੰਗਲੀ ਪਿੰਡ ਤੋਂ ਉਹਨੇ। ਜੀ ਜੀ ਬਿਲਕੁਲ ਬਿਲਕੁਲ, ਅਤੇ ਉਹਨੇ ਵੀ ਮੇਰਾ ਮਾਲੀ ਸਹਾਇਤਾ ਵਿੱਚ ਮਤਲਬ ਸਾਥ ਦਿੱਤਾ। ਜੀ ਜੀ, ਉਸ ਤੋਂ ਬਾਅਦ ਇੱਕ ਭਾਜੀ ਸੀਗੇ ਆਪਣੇ ਬਲਜੀਤ ਸਿੰਘ ਬੀਤਾ ਭਾਜੀ ਆ, ਅਤੇ ਉਹ ਆਪਣੇ ਸੀ ਆਰ ਪੀ ਐਫ ਦੇ ਵਿੱਚੋਂ ਮਤਲਬ ਵੇਟ ਲਿਫਟਰ ਹੁੰਦੇ ਸੀਗੇ, ਉਹਨੇ ਵੀ ਮੇਰੀ ਜਿਹੜੀ ਉਹ ਮਾਲੀ ਸਹਾਇਤਾ ਕੀਤੀ। ਉਸ ਤੋਂ ਬਾਅਦ ਜਦੋਂ ਅਸੀਂ ਆਸਟ੍ਰੇਲੀਆ ਦੇ ਵਿੱਚ ਪਹੁੰਚ ਗਏ, ਉੱਥੇ ਆਪਣੇ ਇੱਕ ਮੇਰੇ ਬ੍ਰਦਰ ਇਨ ਲਾਅ ਹੀ ਆ ਮੇਰਾ ਵੀਰ ਬਲਦੀਪ ਸਿੰਘ, ਉੱਥੇ ਰਹਿਣ ਦਾ ਸਾਰਾ ਸਾਡਾ ਖਾਣ ਪੀਣ ਦਾ ਸਾਰਾ ਜਿਹੜੀ ਆ ਉਹਨੇ, ਅਤੇ ਇੱਕ ਭਾਜੀ ਹਰਮਨ ਸਾਡੇ ਉੱਥੇ ਸੀਗੇ ਸਾਨੂੰ ਮਿਲੇ, ਅਤੇ ਉਹਨਾਂ ਨੇ ਸਾਡੀ ਜਿਹੜੀ ਉਹ ਸਾਰਾ ਸਿਸਟਮ ਸਾਡਾ ਜਿਹੜਾ ਸੀਗਾ। ਇਹ ਸਾਡਾ 10 ਕੁ ਦਿਨ ਦਾ ਟੂਰ ਸੀਗਾ ਜੀ, ਮੈਂ 19 ਤਰੀਕ ਨੂੰ ਇੱਥੋਂ ਗਿਆ ਸੀਗਾ ਅਤੇ 23 ਤਰੀਕ ਨੂੰ ਮੇਰਾ ਕੰਪਨੀ ਸੀਗਾ ਅਤੇ 27 ਤਰੀਕ ਨੂੰ ਮੈਂ ਵਾਪਸ। ਜਦੋਂ ਤੁਸੀਂ ਆਸਟ੍ਰੇਲੀਆ ਗਏ ਕਿ ਇੰਡੀਆ ਵਿੱਚ ਤੁਸੀਂ ਇਕੱਲੇ ਸੀਗੇ ਕਿ ਜਾਂ ਤੁਹਾਡੇ ਨਾਲ ਹੋਰ ਵੀ ਕੋਈ ਵੇਟ ਲਿਫਟਰ ਸੀਗਾ? ਹਾਂਜੀ, ਇਹਨਾਂ ਨੇ ਕੰਪੀਟੀਸ਼ਨ ਲੜਨਾ। ਬਿਲਕੁਲ ਬਿਲਕੁਲ ਸੀਗੇ ਭਾਜੀ ਆਪਣੇ ਪੰਜਾਬ ਪੁਲਿਸ ਤੋਂ ਲਾਲਜੀਤ ਭਾਜੀ ਸੀਗੇ ਜਿਹੜੇ ਕਿ ਇਸ ਟਾਈਮ ASI ਤਨਾਤ ਆ ਪੰਜਾਬ ਪੁਲਿਸ ਦੇ ਵਿੱਚ, ਉਹ ਵੀ ਮਤਲਬ 40 ਤੋਂ 45 ਵਾਲੇ ਗਰੁੱਪ ਦੇ ਵਿੱਚ ਸੀਗੇ, ਤੇ ਉਹਨਾਂ ਦਾ ਵੀ ਗੋਲਡ ਮੈਡਲ ਆਇਆ ਵਿੱਚ। ਓਕੇ ਜੀ, ਏਜ ਵਾਈਜ਼ ਦੇ ਏਜ ਦਾ ਤੁਸੀਂ 31 ਤੋਂ 35 ਸਾਲ ਦੇ ਜਿਹੜੇ? ਮੇਰਾ 31 ਤੋਂ 35 ਸਾਲ ਦੇ ਵਿੱਚ। ਜੀ ਜੀ, ਤੇ ਜਦੋਂ ਤੁਸੀਂ ਉੱਥੋਂ ਗੋਲਡ ਮੈਡਲ ਜਿੱਤਿਆ, ਜੀ ਜੀ, ਉਸ ਟਾਈਮ ਤੇ ਕਿਹੋ ਜਿਹਾ ਮਾਹੌਲ ਸੀਗਾ? ਆਪਣਾ ਮਨ ਨੂੰ ਕਿੱਦਾਂ ਦੀ ਖੁਸ਼ੀ ਮਹਿਸੂਸ ਹੋਈ? ਮਨ ਨੂੰ ਵਧੀਆ ਖੁਸ਼ੀ ਮਹਿਸੂਸ ਹੋਈ, ਤੇ ਉਦੋਂ ਫਿਰ ਖੁਸ਼ ਵੀ ਹੋਇਆ ਤੇ ਰੋਇਆ ਵੀ, ਕਿਉਂਕਿ ਬੜੇ ਲੰਬੇ ਸਮੇਂ ਬਾਅਦ ਜਿਹੜਾ ਇਹ ਇੰਟਰਨੈਸ਼ਨਲ ਜਿਹੜਾ ਮੈਡਲ ਆਇਆ, ਤੇ ਬਾਕੀ ਖੁਸ਼ੀ ਸੀਗੀ ਮਨ ਨੂੰ ਵੀ ਬਹੁਤ ਵਧੀਆ, ਸ਼ੁਕਰ ਉਸ ਵਾਹਿਗੁਰੂ ਦਾ, ਤੇ ਧੰਨਵਾਦ ਉਹਨਾਂ ਸਾਰਾ ਸਾਥੀਆਂ ਦਾ ਜਿਹਨਾਂ ਨੇ ਇੱਥੇ ਸਾਥ ਦੇ ਕੇ ਤੱਕ ਪਹੁੰਚਾਇਆ। ਬਿਲਕੁਲ। ਅੱਛਾ ਸ਼ਰਨ ਭਾਜੀ, ਜਦੋਂ ਤੁਸੀਂ ਉੱਥੇ ਆਪਣੇ ਕੰਪੀਟੀਸ਼ਨ ਲੜਨ ਵਾਸਤੇ, ਉੱਥੇ ਕਿਹੜੀ ਕਿਹੜੀ ਕੰਟਰੀ ਦੇ ਪਲੇਅਰ ਤੁਹਾਡੇ ਨਾਲ ਸੀਗੇ ਜਿਹੜੇ ਤੁਹਾਡੀ ਕੈਟਾਗਰੀ 'ਚ ਲੜਦੇ ਸੀ? ਉੱਥੇ ਮੇਰੇ ਨਾਲ ਸੀਗੇ ਆਪਣੇ ਇਰਾਨ ਦਾ ਸੀਗਾ ਇੱਕ ਜੀ ਮੁੰਡਾ, ਇੱਕ ਨਿਊਜ਼ੀਲੈਂਡ ਦਾ ਸੀਗਾ, ਦੋ ਆਸਟ੍ਰੇਲੀਆ ਦੇ ਸੀਗੇ, ਸਿੰਗਾਪੁਰ ਦੇ ਸੀਗੇ, ਹੋਰ ਵੀ ਕਾਫੀ ਕੰਟਰੀਆਂ ਜਿਹੜੇ ਬੰਦੇ ਉੱਥੇ ਖੇਲਣ ਆਏ ਸੀ। ਉੱਥੇ ਤੁਸੀਂ ਕਿੰਨਾ ਭਾਰ ਚੱਕਿਆ ਸਾਡੇ ਦਰਸ਼ਕਾਂ ਨੂੰ ਉਹਦੇ ਬਾਰੇ ਵੀ ਦੱਸੋ। ਬਿਲਕੁਲ ਬਿਲਕੁਲ, ਮੈਂ ਉੱਥੇ 108 ਜਿਹੜੀ ਉਹ ਸਨੈਚ ਲਈ ਜੀ, ਠੀਕ ਹੈ ਜੀ, ਤੇ 165 ਜਿਹੜਾ ਕਿਲੋ ਆ ਜਿਹੜਾ ਕਲੀਨ ਐਂਡ ਜਰਕ ਜਿਹੜੀ। ਅੱਛਾ ਜੀ ਜੀ ਬਿਲਕੁਲ। ਤੇ ਜਿਹੜਾ ਉੱਥੇ ਤੁਹਾਡੇ ਨਾਲ ਜਿਹੜਾ ਟੱਕਰ ਦਾ ਜਿਹੜਾ ਸਿਲਵਰ ਮੈਡਲ ਆਇਆ ਸੀ, ਉਹਨੇ ਕਿੰਨੀ ਚੱਕੀ? ਉਹਨੇ ਉਹ ਸਨੈਚ ਦੇ ਵਿੱਚ 1 ਕਿਲੋ ਤੇ ਮੈਨੂੰ ਘੱਟ ਗਿਆ ਸੀਗਾ ਜੀ, ਉਹਨੇ ਸਨੈਚ ਲਾਈ 109 ਕਿਲੋ, ਤੇ ਪਰ ਜਿਹੜਾ ਉਹ ਕਲੀਨ ਐਂਡ ਜਰਕ ਦੇ ਵਿੱਚ ਉਹ 150 ਕਿਲੋ ਤੇ ਰਹਿ ਗਿਆ, ਤੇ ਮੈਂ ਜਿਹੜਾ 165 ਕਿਲੋ ਲਾ ਕੇ ਉਹਨੂੰ 15 ਕਿਲੋ ਤੋਂ ਘੱਟ ਦਿੱਤਾ। ਯਾਨੀ ਕਿ 165 ਜਿਹੜੀ ਤੁਸੀਂ ਉੱਥੇ ਲਾਈ ਉਹ ਫਸਟ ਟਾਈਮ ਲਾਈ ਸੀਗੀ ਜਾਂ ਇੱਥੇ ਪ੍ਰੈਕਟਿਸ? ਨਹੀਂ, ਪ੍ਰੈਕਟਿਸ ਦੇ ਵਿੱਚ ਮੈਂ ਇੱਥੋਂ ਹੋਰ ਵੀ ਵਧੀਆ ਕਰ ਕੇ ਗਿਆ ਸੀਗਾ ਪਹਿਲਾਂ, ਤੇ ਮੈਂ ਇੱਥੇ 180 ਜਰਕ ਜਿਹੜੀ ਉਹ ਲਾ ਕੇ ਗਿਆ ਸੀ। ਇਹ ਤਾਂ ਤੁਹਾਡੇ ਲਈ 165 ਕੁਛ ਨਹੀਂ? ਨਹੀਂ ਬਿਲਕੁਲ, ਮਤਲਬ ਈਜ਼ੀ ਸੀਗਾ, ਤੇ ਜਦ ਕਿ ਫਿਰ ਮੇਰੀ ਲਾਸਟ ਅਟੈਂਪਟ ਸੀਗੀ 165 ਦੇ ਨਾਲ ਮੇਰਾ ਜਿਹੜਾ ਮੈਡਲ ਆ ਗਿਆ, ਤੇ ਫਿਰ ਮੈਂ ਜਿਹੜਾ ਜ਼ਿਆਦਾ ਨਹੀਂ ਲਿਆ। ਅੱਛਾ, ਜਦੋਂ ਉੱਥੇ ਤੁਸੀਂ
ਆਪਣੇ ਜਦੋਂ ਤੁਹਾਡਾ ਗੋਲਡ ਮੈਡਲ ਆ ਗਿਆ ਮੂਹਰੇ ਜਿਹੜੀ ਕਰਾਊਡ ਸੀਗੀ ਦਰਸ਼ਕ ਵੀ ਸੀਗੇ ਪੰਜਾਬੀ ਸੀਗੇ ਜਾਂ ਉਧਰਲੀ ਕੰਟਰੀ ਦੇ ਸੀਗੇ? ਉੱਥੇ ਜ਼ਿਆਦਾਤਰ ਤੇ ਜਿਹੜੇ ਗੋਰੇ ਸੀਗੇ ਜੀ ਤੇ ਆਪਣੇ ਵੱਖ ਵੱਖ ਦੇਸ਼ਾਂ ਦੇ ਜਿਹੜੇ ਫੋਰਨਰ ਸੀਗੇ ਤੇ ਕੁਛ ਜਿੱਦਾਂ ਪਰਿਵਾਰ ਆਪਣੇ ਜਿੱਦਾਂ ਤੁਹਾਨੂੰ ਦੱਸਿਆ ਵੀ ਬਲਦੀਪ ਸਿੰਘ ਭਾਜੀ ਹੋ ਗਏ, ਹਰਮਨ ਭਾਜੀ ਹੋ ਗਏ, ਉਹਨਾਂ ਦੇ ਉਹ ਵੀ ਸੀਗੇ, ਉਹਨਾਂ ਦੀਆਂ ਫੈਮਿਲੀਆਂ ਵੀ ਸੀਗੀਆਂ, ਕਾਫੀ ਬੱਚੇ ਪੰਜਾਬੀ ਵੀ ਜਿਹੜੇ ਸੀਗੇ ਤਾਂ ਆਪਣੇ ਇੰਡੀਆ ਤੋਂ ਜਿਹੜੇ ਗਏ ਹੋਏ ਨਾਲ ਜਿਹੜੇ ਸਾਡੇ ਸਾਥੀ ਪਲੇਅਰ ਵੀ ਸੀ ਜੀ ਬਿਲਕੁਲ। ਤੇ ਜਦੋਂ ਤੁਸੀਂ ਉੱਥੋਂ ਗੋਲਡ ਮੈਡਲ ਜਿੱਤ ਕੇ ਆਏ ਪਿੰਡ ਜੀ ਜੀ ਤੇ ਉਸ ਟਾਈਮ ਤੇ ਪਿੰਡ ਦਾ ਆਪਣੀ ਫੈਮਿਲੀ ਦਾ ਕਿਹੋ ਜਿਹਾ ਮਾਹੌਲ ਸੀਗਾ? ਸਾਡੇ ਪਿੰਡ ਦੇ ਵਿੱਚ ਵੀ ਵਧੀਆ, ਮਤਲਬ ਸਾਰੇ ਜਿਹੜੇ ਆਪਣੇ ਚਾਹੁਣ ਵਾਲੇ ਵੀਰ ਸਾਰੇ ਉਹਨਾਂ ਨੇ ਫੋਨ ਦੇ ਉੱਤੇ ਵਧਾਈਆਂ ਦਿੱਤੀਆਂ ਤੇ ਘਰ ਦੇ ਵਿੱਚ ਤੇ ਤੁਹਾਨੂੰ ਪਤਾ ਹੈ ਖੁਸ਼ੀ ਦਾ ਮਾਹੌਲ ਸੀਗਾ ਜੀ ਵਧੀਆ, ਉਹਨਾਂ ਨੇ ਵੀ ਸਾਰਿਆਂ ਨੇ ਵਧਾਈਆਂ ਦਿੱਤੀਆਂ ਬਿਲਕੁਲ। ਅੱਛਾ ਜੱਸੀ ਵੀਰੇ, ਆਪਣਾ ਇੱਕ ਤੁਹਾਨੂੰ ਹੋਰ ਅਹਿਮ ਸਵਾਲ ਹੈ ਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਪ੍ਰੈਕਟਿਸ ਕਰਦੇ ਹੋ ਉਸ ਟਾਈਮ ਤੇ ਲੋਕ ਸਾਡਾ ਸਾਥ ਇੰਨਾ ਨਹੀਂ ਦਿੰਦੇ ਜੀ ਜੀ ਬਿਲਕੁਲ। ਤੇ ਜਦੋਂ ਆਪਾਂ ਕਿਸੇ ਨਾ ਕਿਸੇ ਅਚੀਵਮੈਂਟ ਬਾਰੇ ਵਿੱਚ ਅਚੀਵਮੈਂਟ ਲਿਆਉਂਦੇ ਹਾਂ ਕਿਸੇ ਵੀ ਗੇਮ ਦੇ ਵਿੱਚ ਜੀ ਜੀ ਜੀ, ਉਸ ਤੋਂ ਬਾਅਦ ਸਾਨੂੰ ਬਹੁਤ ਸਾਰੇ ਲੋਕ ਸਪੋਰਟ ਕਰਨ ਆ ਜਾਂਦੇ ਆ ਵੀ ਆਪਾਂ ਤੇਰੇ ਨਾਲ ਆ ਬਿਲਕੁਲ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ ਬਿਲਕੁਲ, ਮੇਰਾ ਤਾਂ ਇਹਦੇ ਉੱਤੇ ਇੱਕ ਮਤਲਬ ਕਹਿਣਾ ਇਹ ਬਣਦਾ ਹੈ ਜੀ ਵੀ ਠੀਕ ਆ ਚਲੋ ਵਧੀਆ ਕੋਈ ਗੱਲ ਨਹੀਂ, ਪਰ ਸਾਨੂੰ ਸਾਡੇ ਸਮਾਜ ਨੂੰ ਕਿਤੇ ਨਾ ਕਿਤੇ ਜਿਹੜਾ ਕੋਈ ਪਲੇਅਰ ਹੈਗਾ ਚੰਗਾ ਕੋਈ ਉੱਭਰਦਾ ਪਲੇਅਰ ਆ ਉਹਦਾ ਹਮੇਸ਼ਾ ਜਿਹੜਾ ਉਹ ਜਿਹੜਾ ਸਾਥ ਦੇਣਾ ਚਾਹੀਦਾ ਆ, ਠੀਕ ਹੈ ਨਾ, ਤੇ ਜਦਕਿ ਉਸ ਪਲੇਅਰ ਨੂੰ ਉਸ ਕੰਪੀਟੀਸ਼ਨ ਤੋਂ ਪਹਿਲਾਂ ਤੁਹਾਡੇ ਸਾਥ ਦੀ ਲੋੜ ਹੁੰਦੀ ਹੈ ਨਾ ਕਿ ਬਾਅਦ ਦੇ ਵਿੱਚ। ਬਾਅਦ ਦੇ ਵਿੱਚ ਚਲੋ ਹੁੰਦੀ ਆ, ਬਹੁਤ ਹੌਸਲਾ ਅਫਜਾਈ ਕੀਤਾ ਮੇਰਾ ਵੀ, ਮੇਰੇ ਟਾਂਡੇ ਨੇ, ਸ਼ਹਿਰ ਨੇ, ਮੇਰੇ ਪਿੰਡ ਨੇ, ਮੈਂ ਹੋਰ ਕਈ ਸੰਸਥਾਵਾਂ ਜਿੱਦਾਂ ਬੁੱਲੋਵਾਲ ਸਪਲੀਮੈਂਟ ਸਟੋਰ ਹੋ ਗਿਆ, ਟਾਂਡੇ ਦੇ ਰਾਈਡਿੰਗ ਗਰੁੱਪ ਹੋ ਗਿਆ, ਇਹਨਾਂ ਨੇ ਹਨਾ ਸੰਸਥਾਵਾਂ ਨੇ ਆਪਣੇ ਲਾਇਨਸ ਕਲੱਬ ਹੋ ਗਿਆ ਟਾਂਡੇ ਦੇ ਵਿੱਚ, ਬ੍ਰਿਟਿਸ਼ ਐਕਸਪਰਟ ਮਨਜੀਤ ਸਿੰਘ ਗੱਤਕਾ ਕਲੱਬ, ਉਹਨਾਂ ਨੇ ਕਾਫੀ ਮੇਰਾ ਜਿਹੜਾ ਉਹ ਮਤਲਬ ਸਵਾਗਤ ਕੀਤਾ ਤੇ ਪਰ ਚਲੋ ਬਹੁਤ ਵਧੀਆ, ਧੰਨਵਾਦ ਉਹਨਾਂ ਸਾਰੇ ਵੀਰਾਂ ਦਾ ਵੀ ਤੇ ਜਿਹਨਾਂ ਨੇ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਹਨਾ। ਜੇ ਇੱਕ ਪਲੇਅਰ ਦੀ ਸਪੋਰਟ ਪਹਿਲਾਂ ਵੀ ਹੋ ਜਾਵੇ ਤੇ ਇਹ ਸੋਨੇ ਤੋਂ ਸੁਹਾਗਾ ਹੋ ਜਾਵੇ। ਜੀ 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 ਜੀ। ਅੱਛਾ ਜੀ, ਅਸੀਂ ਵੀਰੇ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਜਿਹੜੇ ਅੱਜ ਕੱਲ ਦੀ ਨਵੀਂ ਜਨਰੇਸ਼ਨ ਸ਼ਾਇਦ ਇਸ ਵੀਡੀਓ ਨੂੰ ਸੁਣ ਕੇ ਕੋਈ ਤੁਹਾਡੇ ਵਾਂਗੂ ਵਧੀਆ ਵੇਟ ਲਿਫਟਰ ਹੋਰ ਨਾ ਨਿਕਲਣ? ਬਿਲਕੁਲ ਬਿਲਕੁਲ, ਕੋਈ ਸੇਧ ਲੈ ਸਕੇ ਸਾਡੀ ਇਸ ਵੀਡੀਓ? ਸੇਧ ਦੇਖੋ ਜੀ, ਮੇਰਾ ਇੰਨਾ ਹੀ ਕਹਿਣਾ ਹੈ ਜੀ ਵੀ ਆਪਣਾ ਮਿਹਨਤ ਕਰਦੇ ਰਹੋ ਤੇ ਕਿਸੇ ਵੀ ਜਿਹੜਾ ਵੀ ਤੁਹਾਨੂੰ ਕੰਮ ਦਾ ਸ਼ੌਂਕ ਆ ਉਹ ਸ਼ੌਂਕ ਦੇ ਉੱਤੇ ਪ੍ਰਪੱਖ ਰਹੋ, ਆਪਣੀ ਉਸ ਨੂੰ ਆਪਣੇ ਕੰਮ ਕਾਰ ਵੀ ਕਰੋ, ਆਪਣੇ ਮਾਪਿਆਂ ਦਾ ਕਹਿਣਾ ਵੀ ਮੰਨੋ, ਉਹਨਾਂ ਦੇ ਕਹਿਣੇ ਦੇ ਵਿੱਚ ਰਹੋ ਤੇ ਬੁਰੇ ਕੰਮਾਂ ਤੋਂ ਬਚੋ ਤੇ ਆਪਣੀ ਜਿਹੜਾ ਜੋ ਵੀ ਤੁਹਾਡੇ ਦਿਲ ਦੇ ਵਿੱਚ ਸ਼ੌਂਕ ਆ ਉਹਨੂੰ ਵੱਧ ਚੜ੍ਹ ਕੇ ਆਪਣੇ ਸ਼ੌਂਕ ਨੂੰ ਜਿਹੜਾ ਪੂਰਾ ਕਰੋ ਤੇ ਜਿਹੜਾ ਪਰਮਾਤਮਾ ਆ ਉਹ ਲੋਕ ਆ ਦੁਨੀਆ ਆ ਉਹ ਤੁਹਾਡੇ ਨਾਲ ਜਿਹੜੀ ਉਹ ਖੜੂ। ਇਸ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਧੰਨਵਾਦ ਦੋਸਤੋ, ਇਹ ਸਨ ਸਾਡੇ ਨਾਲ ਸ਼ਰਨਦੀਪ ਸਿੰਘ ਜੱਸੀ ਜਿਹੜੇ ਕਿ ਇਸ ਆਸਟ੍ਰੇਲੀਆ ਵਿੱਚ ਹੋਈਆਂ ਮਾਸਟਰ ਗੇਮਾਂ ਦੇ ਵਿੱਚ ਗੋਲਡ ਮੈਡਲ ਲੈ ਕੇ ਆਏ ਆ। ਆਸ ਕਰਦੇ ਹਾਂ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓਗੇ ਉਹ ਸਾਨੂੰ ਥੱਲੇ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ। ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ।